ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮਨਦੀਪ ਤੁਹਾਡਾ ਸਵਾਗਤ ਕਰਦਾ ਹਾਂ YouTube ਦੇ ਚੈਨਲ ਰੀਅਲ ਵਰਲਡ ਦੇ ਵਿੱਚ। ਦੋਸਤੋ, ਸਾਡੇ ਚੋਂ ਬਹੁਤੇ ਲੋਕ ਟੀਵੀ ਦੇਖਦੇ ਆ, ਕੋਈ ਕਮੇਡੀ ਦੇਖਦਾ, ਕੋਈ ਗਾਣੇ ਸੁਣਦਾ, ਕੋਈ ਫਿਲਮਾਂ ਦੇਖਦਾ, ਕੋਈ ਕੁਛ ਕਰਦਾ। ਟੀਵੀ ਦੇਖਣ ਵੇਲੇ ਸਾਡੇ ਹੱਥ 'ਚ ਰਿਮੋਟ ਹੁੰਦਾ, ਪਰ ਸਾਡੀ ਜ਼ਿੰਦਗੀ ਦਾ ਰਿਮੋਟ ਕਿਹਦੇ ਹੱਥ 'ਚ? ਹਾਂ, ਜ਼ਿੰਦਗੀ ਦਾ ਰਿਮੋਟ ਸਾਡੀ ਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹਦੇ ਹੱਥ 'ਚ। ਜੇ ਸਾਡੀ ਜ਼ਿੰਦਗੀ ਦਾ ਰਿਮੋਟ ਸਾਡੇ ਹੱਥ 'ਚ ਨਹੀਂ ਹੋਵੇਗਾ ਤਾਂ ਆਪਾਂ ਕਿਤੇ ਵੀ ਕਦੋਂ ਵੀ ਸੈਡ ਹੋ ਸਕਦੇ ਹਾਂ, ਕਦੋਂ ਵੀ ਸਾਡੀ ਆਪਾਂ ਖੁਸ਼ ਹੋ ਸਕਦੇ ਹਾਂ। ਕਿਉਂ? ਕਿਉਂਕਿ ਜ਼ਿੰਦਗੀ ਦਾ ਰਿਮੋਟ ਸਾਡੇ ਤੋਂ ਨਹੀਂ, ਦੂਜਿਆਂ ਦੇ ਹੱਥ 'ਚ ਹੋਵੇਗਾ। ਦੂਜਿਆਂ ਦੇ ਹੱਥ ਦੇ ਵਿੱਚ ਜ਼ਿੰਦਗੀ ਦਾ ਰਿਮੋਟ ਹੋਣ ਦਾ ਮਤਲਬ ਹੈ ਕਿ ਕੋਈ ਸਾਡੀ ਤਾਰੀਫ ਕਰ ਦੇਗਾ ਤੇ ਅਸੀਂ ਜ਼ਿਆਦਾ ਖੁਸ਼ ਹੋ ਜਾਵਾਂਗੇ, ਕੋਈ ਸਾਡੀ ਬੁਰਾਈ ਕਰ ਦੇਗਾ ਤੇ ਅਸੀਂ ਟੁੱਟ ਜਾਵਾਂਗੇ। ਮਤਲਬ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਜੇ ਖੁਸ਼ ਹੋਣਾ ਤੇ ਦੂਜਿਆਂ ਦੇ ਇਸ਼ਾਰਿਆਂ ਤੇ, ਜੇ ਰੋਣਾ ਹੈ ਤਾਂ ਦੂਜਿਆਂ ਦੇ ਇਸ਼ਾਰਿਆਂ ਤੇ। ਜੇ ਕੋਈ ਕਵੇ ਕਿ ਯਾਰ ਤੂੰ ਬਹੁਤ ਮੋਟੀ ਆ, ਯਾਰ ਜਾਂ ਤੂੰ ਬਹੁਤ ਪਤਲਾ ਆ, ਜਾਂ ਤੂੰ ਕਾਲਾ ਆ ਜਾਂ ਕਾਲੀ ਆ, ਕੁਛ ਵੀ, ਤਾਂ ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਸੈਡ ਹੋ ਜਾਈਏ, ਜਾਂ ਉਹਨਾਂ ਨੇ ਸਾਡੀ ਤਾਰੀਫ ਕੀਤੀ ਹੈ ਤਾਂ ਅਸੀਂ ਖੁਸ਼ ਹੋ ਜਾਈਏ। ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਜੋ ਫੀਲਿੰਗਸ ਦਾ ਰਿਮੋਟ ਹੈ ਉਹ ਸਾਡੇ ਹੱਥ 'ਚ ਹੋਣਾ ਚਾਹੀਦਾ ਆ। ਮਤਲਬ ਸਾਡੀ ਖੁਸ਼ੀ ਦਾ ਸੋਰਸ ਜੋ ਹੈ ਉਹ ਦੂਜਿਆਂ ਦੇ ਹੱਥ 'ਚ ਨਹੀਂ ਹੋਣਾ ਚਾਹੀਦਾ, ਦੂਜਿਆਂ ਦੀ ਤਾਰੀਫ ਤੇ ਨਹੀਂ ਡਿਪੈਂਡ ਹੋਣਾ ਚਾਹੀਦਾ। ਅਸੀਂ ਆਪ ਅੰਦਰੋਂ ਖੁਸ਼ ਹੋਣੇ ਚਾਹੀਦੇ। ਸਾਡਾ ਜੋ ਲਾਫਟਰ ਦਾ ਜਾਂ ਫਿਰ ਸਾਡਾ ਕਹਿ ਲਓ ਵੀ ਫਨ ਦਾ ਸੋਰਸ ਹੈ, ਜੋ ਸਾਡਾ ਅੰਦਰ ਪੀਸ ਆਫ ਸੋਰਸ ਹੈਗਾ ਆ, ਉਹ ਸਾਡਾ ਅੰਦਰੋਂ ਹੋਣਾ ਚਾਹੀਦਾ ਹੈ। ਅਸੀਂ ਕਿਸੇ ਤੇ ਡਿਪੈਂਡ ਨਹੀਂ ਹੋਣਾ ਚਾਹੀਦੇ ਕਿ ਕੋਈ ਸਾਨੂੰ ਆ ਕੇ ਤਾਰੀਫ ਕਰੇ ਤਾਂ ਅਸੀਂ ਤਾਂ ਹੀ ਖੁਸ਼ ਹੋਵਾਂਗੇ, ਕੋਈ ਸਾਨੂੰ ਐਪਰੀਸ਼ੀਏਟ ਕਰੇ ਕਿਸੇ ਕੰਮ ਲਈ ਤਾਂ ਅਸੀਂ ਤਾਂ ਹੀ ਖੁਸ਼ ਹੋਵਾਂਗੇ। ਨਹੀਂ, ਸਾਨੂੰ ਸਾਡੀ ਖੁਸ਼ੀ ਜੋ ਹੈ ਸਾਡੇ ਅੰਦਰੋਂ ਹੋਣੀ ਚਾਹੀਦੀ ਹੈ। ਜੇ ਸਾਡੇ ਅੰਦਰੋਂ ਹੋਵੇਗੀ ਖੁਸ਼ੀ ਤਾਂ ਅਸੀਂ ਬਾਹਰ ਜ਼ਰੂਰ ਖੁਸ਼ ਹੋਵਾਂਗੇ। ਜੇ ਸਾਡੀ ਇੰਟਰਨਲ ਹੋਵੇਗੀ ਸੋਰਸ ਸਾਡੇ ਕੋਲ ਮੌਜੂਦ ਹੋਏਗਾ, ਮਤਲਬ ਸਾਨੂੰ ਪਤਾ ਹੋਏਗਾ ਕਿ ਅਸੀਂ ਅੰਦਰੋਂ ਖੁਸ਼ ਹਾਂ, ਮਤਲਬ ਅਸੀਂ ਅੰਦਰੋਂ ਖੁਸ਼ ਹੋਣਾ ਹੈ ਤਾਂ ਅਸੀਂ ਜ਼ਰੂਰ ਖੁਸ਼ ਹੋਵਾਂਗੇ, ਸਾਡੇ ਬਾਹਰ ਵੀ ਹਾਵ ਭਾਵ ਖੁਸ਼ੀ ਵਾਲੇ ਹੋਣਗੇ। ਜੇ ਅਸੀਂ ਦੂਸਰਿਆਂ ਦੀ ਡਿਪੈਂਡ ਹੋਵਾਂਗੇ, ਦੂਸਰਿਆਂ ਦੀ ਤਾਰੀਫ ਤੇ ਡਿਪੈਂਡ ਹੋਵਾਂਗੇ ਕਿ ਕੋਈ ਸਾਡੀ ਤਾਰੀਫ ਕਰੇ ਜਾਂ ਸਾਨੂੰ ਚੰਗਾ ਕਵੇ ਤਾਂ ਫੇਰ ਹੀ ਖੁਸ਼ ਹੋਣਾ ਹੈ, ਤਾਂ ਉਹ ਸਾਡੇ ਲਈ ਬਹੁਤ ਮਾੜੀ ਗੱਲ ਹੈ। ਅਸੀਂ ਦੂਜਿਆਂ ਨੂੰ ਆਪਣੀ ਜ਼ਿੰਦਗੀ ਦਾ ਰਿਮੋਟ ਨਹੀਂ ਫੜਾਉਣਾ ਹੈਗਾ। ਪਿਆਰ, ਕਿਸੇ ਨੂੰ ਮੁਹੱਬਤ ਕਰਦੇ ਹਾਂ, ਕਿਸੇ ਨਾਲ ਪ੍ਰੇਮ ਕਰਦੇ ਹਾਂ, ਚਾਹੇ ਕੋਈ ਵੀ ਹੋਵੇ, ਸਾਡਾ ਆਪਣਾ ਹੋਵੇ, ਗੈਰ ਹੋਵੇ, ਕੋਈ ਵੀ ਹੋਵੇ, ਜੇ ਉਹਦੇ ਹੱਥ 'ਚ ਸਾਡੀ ਜ਼ਿੰਦਗੀ ਦਾ ਰਿਮੋਟ ਹੋਏਗਾ ਤਾਂ ਅਸੀਂ ਖੁਸ਼ ਨਹੀਂ ਹੋ ਪਾਵਾਂਗੇ। ਜਿਸ ਤਰ੍ਹਾਂ ਦੇ ਉਹ ਆਪਣੇ ਚੈਨਲ ਬਦਲੇਗਾ ਆਪਣੇ ਮੂਡ ਦੇ ਹਿਸਾਬ ਨਾਲ, ਤਾਂ ਉਹ ਉਸੇ ਤਰ੍ਹਾਂ ਦੇ ਅਸੀਂ ਵੀ ਆ, ਆਪਾਂ ਵੀ ਸਾਡੇ ਹਾਵ ਭਾਵ ਹੋਣਗੇ। ਜੇ ਉਹ ਸਾਨੂੰ ਸੈਡ ਕਰ ਦੇਵੇਗਾ ਤਾਂ ਅਸੀਂ ਬਿਲਕੁਲ ਸੈਡ ਹੋ ਜਾਵਾਂਗੇ, ਟੁੱਟ ਜਾਵਾਂਗੇ। ਸਾਡੀ ਜੋ ਜ਼ਿੰਦਗੀ ਦੇ ਵਿੱਚ ਅੰਦਰਲਾ ਜੋ ਹੈ ਰਿਸੋਰਸ ਦੀਆਂ ਜੋ ਦੀਵਾਰਾਂ ਹੈਗੀਆਂ ਹੈ, ਜੋ ਖੁਸ਼ੀ ਦੀਆਂ ਦੀਵਾਰਾਂ ਹੈਗੀਆਂ, ਉਹ ਸਾਡੀਆਂ ਇੰਨੀਆਂ ਮਜ਼ਬੂਤ ਹੋਣੀਆਂ ਚਾਹੀਦੀਆਂ ਕਿ ਕੋਈ ਬਾਹਰਲਾ ਠੇਸ ਵੀ ਮਾਰੇ, ਮਾਰਨ ਦੀ ਕੋਸ਼ਿਸ਼ ਵੀ ਕਰੇ, ਤਾਂ ਅਸੀਂ ਠੇਸ ਦੇ ਨਾਲ ਟੁੱਟੀਏ ਨਾ। ਜੇ ਉਹ ਸਾਨੂੰ ਖੁਸ਼ ਕਰਦਾ ਆ, ਐਪਰੀਸ਼ੀਏਟ ਕਰਦਾ ਆ, ਪਿਆਰ ਦੇ ਵਿੱਚ ਐਪਰੀਸ਼ੀਏਟ ਕਰਦਾ ਆ, ਅਸੀਂ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰਾ ਖੁਸ਼ੀ ਦਾ ਜੋ ਹੈ ਸੋਰਸ ਉਹ ਸਾਡਾ ਉਹ ਤਾਰੀਫ ਹੋਵੇ। ਸਾਨੂੰ ਤਾਰੀਫ ਨਹੀਂ, ਸਾਨੂੰ ਆਪਣੇ ਅੰਦਰ ਇੰਪਰੂਵਮੈਂਟ ਲਿਆਉਣ ਦੀ ਲੋੜ ਹੈ, ਸਾਡੇ ਆਪਣੇ ਆਪ ਤੇ ਯਕੀਨ ਹੋਣਾ ਚਾਹੀਦਾ ਹੈ। ਦੁਨੀਆਂ ਨੂੰ ਠੇਕਾ ਨਹੀਂ ਦੇਣਾ ਹੈਗਾ ਕਿ ਅਸੀਂ ਉਹਨਾਂ ਦੀ ਤਾਰੀਫ ਤੇ ਹੀ ਖੁਸ਼ ਹੋਵਾਂਗੇ ਜਾਂ ਉਹਨਾਂ ਦੀ ਬੁਰਾਈ ਕਰਨ ਤੇ ਹੀ ਅਸੀਂ ਟੁੱਟਾਂਗੇ। ਸਾਨੂੰ ਆਪਣੇ ਤੇ ਵਿਸ਼ਵਾਸ ਹੋਣਾ ਚਾਹੀਦਾ ਕਿ ਅਸੀਂ ਕਿੰਨੇ ਕੁ ਮਜ਼ਬੂਤ ਹਾਂ, ਅਸੀਂ ਖੁਸ਼ ਕਿਸ ਤਰੀਕੇ ਨਾਲ ਰਹਿਣਾ। ਸਾਡੀ ਜ਼ਿੰਦਗੀ ਦਾ ਰਿਮੋਟ ਜੋ ਹੈ ਉਹ ਸਾਡੇ ਹੱਥ 'ਚ ਹੋਣਾ ਚਾਹੀਦਾ, ਜਿਸ ਤੇ ਸਾਡਾ ਹੀ ਹੱਕ ਹੈ। ਨੋ ਡਾਊਟ, ਤਾਰੀਫ ਸਾਰਿਆਂ ਨੂੰ ਪਸੰਦ ਹੁੰਦੀ ਹੈ, ਤਾਰੀਫ ਹਰ ਕੋਈ ਚਾਹੁੰਦਾ ਹੈ ਕਿ ਮੇਰੇ ਕੰਮ ਦੀ ਤਾਰੀਫ ਹੋਵੇ, ਮੇਰੀ ਤਾਰੀਫ ਹੋਵੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਡੀ ਜੋ ਹੈ ਤਾਰੀਫ ਜੋ ਹੈ ਉਹੀ ਸਾਡਾ ਸਿਰਫ ਖੁਸ਼ੀ ਦਾ ਸੋਰਸ ਹੋਵੇ। ਕਿਸੇ ਨੂੰ ਮੀਂਹ ਦੇ ਵਿੱਚ ਚਿੱਕੜ ਦਿਸਦਾ ਆ ਕਿ ਮੀਂਹ ਪਵੇਗਾ ਤਾਂ ਚਿੱਕੜ ਹੋ ਜਾਵੇਗਾ, ਕਿਸੇ ਨੂੰ ਮੀਂਹ ਦੇ ਵਿੱਚ ਖੁਸ਼ੀ ਦਿਸਦੀ ਹੈ ਕਿ ਮੈਂ ਇਸ ਦੇ ਵਿੱਚ ਮਸਤੀ ਕਰਾਂਗਾ, ਨਹਾਵਾਂਗਾ ਜਾਂ ਕੁਛ ਵੀ ਕਰਾਂਗਾ। ਲੋਕਾਂ ਦੇ ਦੇਖਣ ਦੇ ਵੱਖਰੇ ਵੱਖਰੇ ਨਜ਼ਰੀਏ, ਕਿਸੇ ਦੇ ਚਿੱਕੜ ਦੇਖਣ ਦੇ ਨਾਲ ਇਹ ਨਹੀਂ ਹੋ ਜਾਣਾ ਕਿ ਮੀਂਹ ਪੈਣਾ ਬੰਦ ਹੋ ਜਾਏਗਾ, ਕਿਸੇ ਦੇ ਮਸਤੀ ਦੇਖਣ ਦੇ ਨਾਲ, ਉਹਦੇ ਵਿੱਚ ਖੁਸ਼ੀ ਦੇਖਣ ਨਾਲ, ਪੋਜ਼ਿਟਿਵਿਟੀ ਦੇਖਣ ਦੇ ਨਾਲ ਇਹ ਨਹੀਂ ਹੋ ਜਾਏਗਾ ਕਿ ਉਹਦੇ ਵਿੱਚ ਮੀਂਹ ਬੰਦ ਹੋ ਜਾਏਗਾ। ਮੀਂਹ ਬੰਦ ਨਹੀਂ ਹੋਣਾ, ਮੀਂਹ ਨੇ ਪੈਣਾ ਤੇ ਪੈਣਾ ਹੀ ਹੈ। ਸੋ ਦੋਸਤੋ, ਇਸੇ ਤਰ੍ਹਾਂ ਸਾਨੂੰ ਵੀ ਆਪਣਾ ਸਾਡਾ ਸਟੈਂਡਰਡ ਜੋ ਹੈ ਇਨਵੈਂਟ ਕਰਕੇ ਰੱਖਣਾ ਚਾਹੀਦਾ ਕਿ ਸਾਡਾ ਇਹ ਸਟੈਂਡਰਡ ਹੈ, ਇਹਨੂੰ ਇਨਵੈਂਟ ਕਰਨਾ ਹੈ। ਸਾਨੂੰ ਆਪਣੀ ਜ਼ਿੰਦਗੀ ਦਾ ਰਿਮੋਟ ਸਾਡੇ ਹੱਥ 'ਚ ਰੱਖਣਾ ਚਾਹੀਦਾ ਆ। ਜੋ ਸਾਡੀ ਤਾਰੀਫ ਕਰਦਾ ਆ
ਉਹ ਸਾਡਾ ਆਪਣਾ ਵੀ ਹੋਵੇ ਜਾਂ ਬੇਗਾਨਾ ਵੀ ਹੋਵੇ, ਉਹਨੂੰ ਇੰਨਾ ਦਿਲ ਤੇ ਨਹੀਂ ਲਾਣਾ ਕਿ ਸਾਡੀ ਉਹ ਤਾਰੀਫ ਕਰਦਾ ਤੇ ਅਸੀਂ ਉਹ ਤੋਂ, ਉਹ ਸਾਡੇ ਲਈ ਬਹੁਤ ਆਪਣਾ ਹੈ। ਜੇ ਕੋਈ ਬੁਰਾਈ ਕਰਦਾ ਹੈ ਤਾਂ ਇਹ ਨਹੀਂ ਕਹਿਣਾ ਕਿ ਉਹ ਸਾਡਾ ਦੁਸ਼ਮਣ। ਬੁਰਾਈ ਤੇ ਚੰਗਿਆਈ, ਤਾਰੀਫ, ਬੁਰਾਈ ਤੇ ਤਾਰੀਫ, ਇਹ ਦੋ ਪਹਿਲੂ ਆ। ਇਹਨਾਂ ਤੋਂ ਬਾਹਰ ਨਿਕਲ ਕੇ ਆਪਣੇ ਤੇ ਵਰਕ ਕਰਨਾ ਸ਼ੁਰੂ ਕਰਨਾ ਪੈਣਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਆਪ ਚ ਇੰਪਰੂਵਮੈਂਟ ਲਿਆਂਦੇ ਜਾਈਏ ਆਪਣੀ ਜ਼ਿੰਦਗੀ ਦੇ ਹਿਸਾਬ ਦੇ ਨਾਲ। ਜੇ ਅਸੀਂ ਰਿਮੋਟ ਤੇ ਆਪਣੀ ਤਾਰੀਫ ਤੇ ਆਪਣੀ ਜੋ ਹੈ ਬੁਰਾਈ ਦੇ ਵਿੱਚ ਹੀ ਫਸੇ ਰਵਾਂਗੇ, ਆਪਾਂ ਆਪਣੇ ਆਪ ਨੂੰ ਇੰਪਰੂਵਮੈਂਟ ਨਹੀਂ ਲਿਆ ਸਕਦੇ। ਸੋ ਦੋਸਤੋ, ਸਾਨੂੰ ਚਾਹੀਦਾ ਆ ਕਿ ਆਪਾਂ ਆਪਣੇ ਆਪ ਚ ਇੰਪਰੂਵਮੈਂਟ ਲਿਆਂਦੇ ਜਾਈਏ। ਕਿਸੇ ਨੇ ਸਾਡੀ ਬੁਰਾਈ ਕਰ ਦਿੱਤੀ ਤਾਂ ਅਸੀਂ ਸੈਡ ਹੋ ਗਏ, ਕਿਸੇ ਨੇ ਸਾਡੀ ਚੰਗਿਆਈ ਕਰ ਦਿੱਤੀ, ਤਾਰੀਫ ਕਰ ਦਿੱਤੀ ਤਾਂ ਅਸੀਂ ਖੁਸ਼ ਹੋ ਗਏ। ਇਹ ਸਾਡਾ ਸੋਰਸ ਸੈਡਨੈਸ ਦਾ ਤੇ ਖੁਸ਼ੀ ਦਾ ਨਹੀਂ ਹੋਣਾ ਚਾਹੀਦਾ। ਸਾਨੂੰ ਚਾਹੀਦਾ ਆ ਕਿ ਜੋ ਸਾਡੀ ਖੁਸ਼ੀ ਦਾ ਸੋਰਸ ਹੈ ਉਹ ਅਸੀਂ ਖੁਦ ਹੋਈਏ। ਖੁਸ਼ੀ ਜੋ ਹੈ ਉਹ ਅੰਦਰੋਂ ਨਿਕਲਦੀ ਹੈ, ਨਾ ਕਿ ਬਾਹਰੋਂ। ਸਾਡੇ ਖੁਸ਼ੀ ਦਾ ਜ਼ਰੀਆ ਹੈ ਜੋ, ਉਹ ਬਾਹਰੋਂ ਅੰਦਰ ਨਹੀਂ ਹੋਣਾ ਚਾਹੀਦਾ, ਅੰਦਰੋਂ ਬਾਹਰ ਹੋਣਾ ਚਾਹੀਦਾ। ਮੇਰੇ ਕਹਿਣ ਦਾ ਮਤਲਬ ਹੈ, ਖੁਸ਼ੀ ਤੁਹਾਨੂੰ ਅੰਦਰੋਂ ਹੋਣੀ ਚਾਹੀਦੀ ਜੋ ਬਾਹਰ ਚੱਲ ਕੇ, ਨਾ ਕਿ ਬਾਹਰਲੀ ਖੁਸ਼ੀ ਜੋ ਕਿਸੇ ਦੁਆਰਾ ਤਾਰੀਫ ਕੀਤੀ ਗਈ ਹੈ, ਖੁਸ਼ੀ ਦਿੱਤੀ ਗਈ ਹੈ, ਬਣਾਵਟੀ ਖੁਸ਼ੀ ਹੈ, ਉਹ ਤੁਹਾਨੂੰ ਅੰਦਰ ਤੁਸੀਂ ਆਪਣੇ ਅੰਦਰ ਰੱਖੋ। ਨਹੀਂ, ਏਦਾਂ ਨਹੀਂ ਕਰਨਾ। ਖੁਸ਼ੀ ਵੀ ਰੱਖਣੀ ਹੈ ਜੋ ਅੰਦਰੋਂ ਬਾਹਰ ਨੂੰ ਨਿਕਲੇ, ਤਾਂ ਤੁਸੀਂ ਕਿਸੇ ਵੀ ਨੈਗੇਟਿਵ ਬੰਦੇ ਦੇ ਨਾਲ ਜੋ ਹੈ ਕੰਟੈਕਟ ਵਿੱਚ ਆਉਣ ਦੇ ਨਾਲ ਵੀ ਤੁਸੀਂ ਨੈਗੇਟਿਵ ਨਹੀਂ ਹੋਵੋਗੇ, ਕਿਸੇ ਦੀ ਬੁਰਾਈ ਕਰਨ ਦੇ ਨਾਲ ਵੀ ਤੁਸੀਂ ਟੁੱਟੋਗੇ ਨਹੀਂ। ਜੇ ਕੋਈ ਤਾਰੀਫ ਕਰੂਗਾ ਤਾਂ ਤੁਸੀਂ ਤਾਰੀਫ ਦੇ ਵਿੱਚ ਵੀ ਮਤਲਬ ਇੰਨਾ ਜ਼ਿਆਦਾ ਨਹੀਂ ਖੋ ਜਾਓਗੇ। ਜਿਸ ਦਿਨ ਤੋਂ ਤੁਸੀਂ ਆਪਣੀ ਤਾਰੀਫ ਤੇ ਬੁਰਾਈ ਦੇ ਵਿੱਚ ਜੋ ਹੈ ਉਹਦੇ ਵਿੱਚ ਡਿਫਰੈਂਸ ਕਰਨਾ ਛੱਡ ਦਿੱਤਾ, ਜਿਸ ਦਿਨ ਤੁਸੀਂ ਤਾਰੀਫ ਨੂੰ ਆਪਣਾ ਨੋਰਮਲ ਸਮਝਣ ਲੱਗ ਪਏ, ਉਸ ਦਿਨ ਤੁਸੀਂ ਬੁਰਾਈ ਨੂੰ ਵੀ ਨੋਰਮਲ ਸਮਝਣ ਲੱਗ ਪੈਣਾ। ਜਿਸ ਦਿਨ ਤੁਸੀਂ ਆਪਣੀ ਤਾਰੀਫ ਦੇ ਵੇਲੇ ਵੀ ਖੁਸ਼ ਹੋਣਾ ਬੰਦ ਕਰ ਦਿੱਤਾ, ਬਹੁਤਾ ਜ਼ਿਆਦਾ ਖੁਸ਼ ਹੋਣਾ ਬੰਦ ਕਰ ਦਿੱਤਾ, ਉਸ ਵੇਲੇ ਤੁਹਾਨੂੰ ਕੋਈ ਵੀ ਠੇਸ ਹੈ ਜੋ ਉਹ ਤੋੜ ਨਹੀਂ ਸਕਦੀ ਬੁਰਾਈ ਦੀ। ਸੋ ਦੋਸਤੋ, ਆਪਣੇ ਆਪ ਨੂੰ ਇਸ ਤਰੀਕੇ ਨਾਲ ਬਣਾਉਣਾ ਹੈ ਕਿ ਤੁਹਾਡੀ ਜੋ ਜ਼ਿੰਦਗੀ ਦਾ ਰਿਮੋਟ ਹੈ ਉਹ ਤੁਹਾਡੇ ਕੋਲ ਹੋਵੇ, ਜੋ ਤੁਹਾਡੀ ਖੁਸ਼ੀ ਹੈ ਉਹ ਅੰਦਰੋਂ ਬਾਹਰ ਨੂੰ ਝਲਕੇ, ਕਿਸੇ ਹੋਰ ਨੂੰ ਠੇਕਾ ਨਾ ਹੋਵੇ ਕਿ ਤੁਹਾਨੂੰ ਖੁਸ਼ ਕਰਨ ਦਾ, ਤੁਸੀਂ ਹੀ ਆਪਣਾ ਠੇਕਾ ਚੁੱਕੋ ਖੁਸ਼ ਕਰਨ ਦਾ। ਤੁਸੀਂ ਆਪ ਖੁਸ਼ ਹੋਵੋਗੇ ਤਾਂ ਤੁਸੀਂ ਅਗਲੇ ਬੰਦੇ ਦੇ ਵੀ, ਅਗਲੇ ਇਨਸਾਨ ਦੇ ਵੀ ਤੁਸੀਂ ਆਪਣੀ ਖੁਸ਼ੀ ਦੇ ਨਾਲ ਅਗਲੇ ਨੂੰ ਖੁਸ਼ ਕਰ ਸਕਦੇ ਹੋ, ਪੋਜ਼ਿਟਿਵਿਟੀ ਦੂਸਰੇ ਤੱਕ ਫੈਲਾ ਸਕਦੇ ਹੋ। ਬਣਾਵਟੀ ਚੀਜ਼ਾਂ ਨਾਲ ਜ਼ਿਆਦਾ ਦੇਰ ਤੱਕ ਖੁਸ਼ ਨਹੀਂ ਰਹਿ ਸਕਦੇ। ਸੋ ਦੋਸਤੋ, ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਤੁਸੀਂ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ। ਧੰਨਵਾਦ।